ਕੱਢਤੇ ਆ ਜੀ ਬਾਕੀ ਕਮਰੇ ਚ ਵੀ ਮਾੜੀ ਜੀ ਕਰ ਸਰ ਮੈਂ ਅਮਰਜੀਤ ਕੌਰ ਸੀਨੀਅਰ ਸਹਾਇਕ ਤਹਿਸੀਲ ਦਫ਼ਤਰ ਸਮਰਾਲਾ। ਹਾਂਜੀ ਸਰ, ਸੱਪ ਕੱਲ੍ਹ ਰਾਤੀ ਆਇਆ ਸੀਗਾ ਬਾਹਰ ਬਰਾਂਡੇ 'ਚ, ਸਾਡੇ ਸੇਵਾਦਾਰਾਂ ਨੇ ਦੇਖਿਆ ਅਤੇ ਇਸ ਕਰਕੇ ਫਿਰ ਸਾਰੇ ਡਰਦਿਆਂ ਨੇ ਅੱਜ ਸਪੇਰਾ ਬੁਲਾਇਆ ਸੀ ਅਤੇ ਸੱਪ ਕਢਵਾਇਆ। ਕਿੰਨੇ ਸੱਪ ਸਰ? ਦੋ ਨਿਕਲੇ ਨੇ ਜੀ, ਇੱਕ ਰਜਿਸਟਰੇਸ਼ਨ ਰੂਮ ਵਿੱਚੋਂ ਨਿਕਲਿਆ, ਇੱਧਰ ਇੱਕ ਬਾਥਰੂਮ ਅੱਗੇ ਪੁਰਾਣਾ ਰਿਕਾਰਡ ਪਿਆ, ਕੁਛ ਉੱਥੋਂ ਨਿਕਲਿਆ। ਮੈਮ ਗੱਲ ਕਰੀਏ ਤਾਂ ਇੱਥੇ ਪੁਖਤਾ ਜਿਹੜੇ ਇੰਤਜ਼ਾਮ ਨੇ ਉਹ ਵੀ ਨਹੀਂ ਹੈਗੇ, ਜਿਵੇਂ ਕਿ ਲੋਕਾਂ ਨੂੰ ਸਫਾਈ ਨਹੀਂ ਮਿਲ ਰਹੀ, ਨਾ ਹੀ ਇੱਥੇ ਪਖਾਨੇ ਨੇ ਜਿਹੜੇ ਬਾਥਰੂਮ ਨੇ ਬਣੇ ਹੋਏ ਉਹ ਵੀ ਬੰਦ ਪਏ ਨੇ, ਅਤੇ ਪੀਣ ਵਾਲਾ ਪਾਣੀ ਨਹੀਂ ਹੈਗਾ ਕੀ? ਹਾਂਜੀ ਸਰ, ਪੀਣ ਵਾਲੇ ਪਾਣੀ ਲਈ ਤਾਂ ਅਸੀਂ ਉੱਧਰ ਉੱਚ ਅਧਿਕਾਰੀਆਂ ਨੂੰ ਚਿੱਠੀਆਂ ਲਿਖ ਚੁੱਕੇ ਹਾਂ, ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਅਤੇ ਜਿਹੜਾ ਸਫਾਈ ਦਾ ਕੰਮ ਆ, ਜਿੱਥੋਂ ਤੱਕ ਸਫਾਈ ਲਈ ਅਸੀਂ ਪ੍ਰਾਈਵੇਟ ਰੱਖ ਕੇ ਸਫਾਈ ਵੀ ਕਰਵਾਈ ਜਾਈਦੀ ਆ, ਪਰ ਸਾਡੇ ਕੋਲ ਸਰਕਾਰੀ ਸਵੀਪਰ ਕੋਈ ਨਹੀਂ ਹੈਗਾ ਇਸ ਟਾਈਮ, ਜਿਸ ਕਰਕੇ ਸਫਾਈ ਪ੍ਰੋਪਰ ਨਹੀਂ ਹੁੰਦੀ ਹੈਗੀ। ਅਤੇ ਦੂਸਰਾ, ਅਸੀਂ EO ਸਾਹਿਬ ਨੂੰ, ਸਾਡੇ ਤਹਿਸੀਲਦਾਰ ਸਾਹਿਬ ਵੱਲੋਂ ਚਿੱਠੀ ਲਿਖੀ ਗਈ ਆ ਵੀ ਸਾਨੂੰ ਦੋ ਸਵੀਪਰ ਭੇਜ ਕੇ ਸਾਡੇ ਦਫ਼ਤਰ ਦੀ ਚੰਗੀ ਤਰ੍ਹਾਂ ਸਫਾਈ ਕਰਵਾਈ ਜਾਵੇ। ਬਾਥਰੂਮ ਦੀ ਗੱਲ ਕਰੀਏ ਤਾਂ ਪੂਰੀ ਤਹਿਸੀਲ 'ਚ ਜਿਹੜੇ ਬਾਥਰੂਮ ਨੇ ਬਾਹਰ ਬਣੇ ਹੋਏ ਨੇ ਉਹਨਾਂ ਨੂੰ ਜਿੰਦਾ ਲੱਗਿਆ ਹੋਇਆ? ਹਾਂਜੀ, ਬਾਥਰੂਮਾਂ ਦੀ ਪ੍ਰੋਬਲਮ ਜ਼ਰੂਰ ਹੈਗੀ ਆ ਜੀ। ਬਾਥਰੂਮਾਂ ਨੂੰ ਬਾਹਰ ਜਿਹੜੇ ਪਬਲਿਕ ਆ ਵੀ ਉਹ ਫਿਰ ਮਿਸਯੂਜ ਕਰ ਜਾਂਦੇ ਨੇ, ਉਸ ਕਰਕੇ ਉਹਨਾਂ ਦੇ ਬੰਦ ਹੋ ਜਾਂਦੀ ਆ, ਬਲੋਕੇਜ ਹੋ ਜਾਂਦੀ ਆ। ਜਿਹੜਾ ਅੰਦਰ ਬਾਥਰੂਮ ਹੈ ਉਹ ਸਵੀਪਰ ਨਾ ਹੋਣ ਕਰਕੇ ਹੀ ਸਫਾਈ ਨਹੀਂ ਹੁੰਦੀ ਹੈਗੀ, ਇਸ ਕਰਕੇ ਪ੍ਰੋਬਲਮ। ਹਾਂਜੀ, ਅਸੀਂ ਤਾਂ ਦਫ਼ਤਰ ਵੱਲੋਂ ਚਿੱਠੀਆਂ ਲਿਖੀ ਜਾਂਦੇ ਹੈਗੇ ਹਾਂ। ਹਾਂਜੀ, ਕਈ ਸਾਲ ਹੋ ਗਏ ਸਾਡਾ ਸਵੀਪਰ ਰਿਟਾਇਰ ਹੋਇਆ ਜੀ, ਮੁੜ ਕੇ ਸਾਨੂੰ ਸਵੀਪਰ ਨਹੀਂ ਮਿਲਿਆ ਹੈਗਾ ਦਫ਼ਤਰ 'ਚ। ਤਹਿਸੀਲ ਵਿੱਚ ਪਿਛਲੇ ਡੇਢ ਕੁ ਸਾਲ ਪਹਿਲਾਂ CM ਸਾਹਿਬ ਵੀ ਆਏ ਸੀ, ਉਹਨਾਂ ਨੇ ਕਿਹਾ ਸੀ ਵੀ ਇਹ ਪਹਿਲ ਦੇ ਆਧਾਰ 'ਤੇ ਹੈ ਜਿਹੜਾ ਇਹਨੂੰ ਬਣਾਇਆ ਜਾਵੇਗਾ, ਇੱਥੇ ਜਿਹੜੇ ਬਾਥਰੂਮ ਨੇ ਅਤੇ ਇਹਦਾ ਨਕਸ਼ਾ ਬਦਲਿਆ ਜਾਵੇਗਾ। ਹਾਂਜੀ, ਉਹ ਤਾਂ ਸਰਕਾਰ ਨੇ ਹੁਣ ਦੇਖਣਾ ਜੀ, ਜੇ ਕੋਈ ਕਰਨਗੇ ਤਾਂ ਹੀ ਹੋਊਗਾ ਜੀ, ਸਾਡੇ ਵੱਲੋਂ ਤਾਂ ਕੋਸ਼ਿਸ਼ ਕੀਤੀ ਜਾਂਦੀ ਹੈ।